ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਇੱਥੇ ਦੋ ਡਰਾਈਵਰਾਂ ਦੀ ਹੋਈ ਐਨੇ ਭਿਆਨਕ ਟੱਕਰ ਕੀ ਮੌਕੇ ਤੇ ਹੋਈਆਂ ਇੰਨੀਆਂ ਮੌਤਾਂ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਲਹਿਗਾਗਾ ਦੇ ਪਿੰਡ ਬੁਸ਼ੇਰਾ ਨੇੜੇ ਦਰਦਨਾ ਘਾਸਾ ਵਾਪਰ ਗਿਆ ਹੈ ਇੱਥੇ ਦੋ ਡਰਾਈਵਰਾਂ ਦੀਆਂ ਭਿਆਨਕ ਟੱਕਰ ਵਿੱਚ ਤਾਇ-ਪਤੀਜੇ ਦੀ ਮੌਕੇ ਤੇ ਮੌਤ ਹੋ ਗਈ ਹੈ ਮ੍ਰਿਤਕ ਟਰੈਕਟਰ 'ਚ ਮੂਣਗ ਤੋਂ ਆਪਣਾ ਘਰ ਬਣਾਉਣ ਲਈ ਸਮਾਨ ਲੈ ਕੇ ਜਾ ਰਹੇ ਸਨ। ਦੱਸਦੇ ਕਿ ਪਿੰਡ ਬੁਸ਼ੇਰਾ ਦਾ ਜ਼ਿੰਮੇਵਾਰ ਨਾਜਰ ਸਿੰਘ ਆਪਣੇ ਛੋਡੇ ਭਤੀਜੇ ਅਮਨਜੋਤ ਸਿੰਘ ਨਾਲ ਸਵਾਰ ਟਰੈਕਟਰ ਤੇ ਸਵਾਰ ਹੋ ਕੇ ਮੂਣਗ ਤੋਂ ਘਰ ਜਾ ਰਹੇ ਸਨ। ਜੋ ਦੋ ਪਿੰਡ ਦੀ ਅਨਾਜ ਮੰਡੀ ਦੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਸੀਮਿੰਟ ਨਾਲ ਭਰੇ ਹੋਏ ਟਰੈਕਟਰ ਨੇ ਉਹਨਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਟਰੈਕਟਰ ਤੇ ਸਵਾਰ 25 ਜੀ ਦੀ ਮੌਕੇ ਤੇ ਮੌਤ ਹੋ ਗਈ। ਜਿਆਦੇਸ ਨਾਲ ਸੋਗ ਦੀ ਲਹਿਰ ਫੈਲ ਚੁੱਕੀ ਹੈ ਕਿਉਂਕਿ ਉਹ ਚਾਵਾਂ ਜਾਵਾਂ ਨਾਲ ਆਪਨੇ ਘਰ ਦਾ ਸਮਾਨ ਲੈਣ ਗਏ ਸੀ ਪਰ ਉਹਨਾਂ ਦੀ ਕਿਸਮਤ ਏਡੀ ਮਾੜੀ ਸੀ ਕਿ ਉਹਨਾਂ ਦੇ ਘਰ ਬਣੋਂ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।